ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਬਾਈ ਤੁਸੀਂ ਸਾਰਿਆਂ ਨੇ ਹੈ ਨਾ ਕਾਫ਼ੀ ਮੈਸੇਜ ਕਰੇ ਸੀਗੇ ਬਾਈ, ਪਹਿਲਾਂ ਤਾਂ ਤੁਹਾਡਾ ਧੰਨਵਾਦ ਆ ਹੈ ਨਾ। ਤੁਸੀਂ ਫਿਰ ਕਿਹਾ ਸੀਗਾ ਬਾਈ ਵੀ ਮਾਂ 'ਤੇ ਇੱਕ ਵੀਡੀਓ ਪਾਈ ਹੈ ਨਾ ਜ਼ਰੂਰ। ਹੁਣ ਤੱਕ ਬਾਈ ਮੈਂ ਪਤਾ ਨਹੀਂ ਕਿਉਂ ਟਰਾਈ ਨਹੀਂ ਸੀ ਕਰਦਾ, ਮੈਨੂੰ ਲੱਗਦਾ ਸੀ ਮੇਰੀ ਔਕਾਤ ਨਹੀਂ ਇੰਨੀ। ਫਿਰ ਵੀ ਮੈਂ ਕੋਸ਼ਿਸ਼ ਕੀਤੀ ਹੈ ਬਾਈ, ਬੰਦੇ ਦੇ ਹਾਲਾਤ, ਸੋਚ ਜਾਂ ਹੋਰ ਬਹੁਤ ਚੀਜ਼ਾਂ ਦਾ ਫਰਕ ਹੋ ਸਕਦਾ, ਪਰ ਮਾਂ ਲਈ ਹਰੇਕ ਬੰਦੇ ਦੇ ਜਜ਼ਬਾਤ ਇੱਕੋ ਹੀ ਹੁੰਦੇ ਨੇ ਹੈ ਨਾ। ਮੇਰੇ ਆਪਦੀ ਜ਼ਿੰਦਗੀ ਦੇ ਹਿਸਾਬ ਨਾਲ ਬਾਈ ਲਿਖਿਆ ਜੋ ਮੇਰੀ ਜ਼ਿੰਦਗੀ 'ਚ ਹੋਇਆ ਜਾਂ ਮਾਤਾ ਲਈ ਹੈ ਨਾ ਹਰੇਕ ਬੰਦੇ ਦਾ ਹੁੰਦਾ। ਸੁਣਿਓ ਬਈ, ਮੈਂ ਜਦ ਵੀ ਆਪਣੀ ਜ਼ਿੰਦਗੀ ਦੀ ਰਫ਼ਤਾਰ ਦੇਖਦਾ ਹਾਂ, ਮੇਰੀ ਜ਼ਿੰਦਗੀ ਵਿੱਚ ਮਾਂ ਮੇਰੀ ਦਾ ਕਿਰਦਾਰ ਦੇਖਦਾ ਹਾਂ। ਜੇ ਉਹ ਨਾ ਹੁੰਦੀ ਪਤਾ ਨਹੀਂ ਮੇਰਾ ਹਾਲ ਕੀ ਹੋਣਾ ਸੀ। ਕਈ ਵਾਰੀ ਮੈਂ ਇਹ ਗੱਲ ਸੋਚ ਵਿਚਾਰ ਦੇਖਦਾ ਹਾਂ, ਮੈਂ ਜਦ ਵੀ ਆਪਣੀ ਜ਼ਿੰਦਗੀ ਦੀ ਰਫ਼ਤਾਰ ਦੇਖਦਾ ਹਾਂ। ਕਿੰਨਾ ਕਰਜ਼ਾ ਮਾਂ ਮੇਰੀ ਦਾ ਸਿਰ ਮੇਰੇ, ਸੋਚ ਸੋਚ ਕਈ ਵਾਰੀ ਨੀਂਦ ਜਿਹੀ ਉੱਡ ਜਾਂਦੀ। 9 ਮਹੀਨੇ ਕੱਖ 'ਚ ਰੱਖਿਆ, ਕਿੰਨੀਆਂ ਪੀੜਾਂ ਝੱਲੀਆਂ ਨੇ, ਦੁੱਖ ਤਕਲੀਫਾਂ ਨਾਲ ਵੀ ਘਰ ਮਾਂ ਯੁੱਧ ਜਾਂਦੀ। ਅੱਖਾਂ ਖੁੱਲ੍ਹਣ ਤੋਂ ਹੁਣ ਤਾਈਂ ਤੂੰ, ਕਿੰਨਾ ਰੱਖਿਆ ਖਿਆਲ ਮੇਰਾ, ਕੀ ਜਰਗੀ ਮੇਰੇ ਲਈ ਤੂੰ, ਸੱਚੀ ਧੰਨ ਜਿਗਰਾ ਤੇਰਾ। ਤੇਰੇ ਦਿਲ ਵਿੱਚ ਕਿੰਨਾ ਮੇਰੇ ਲਈ ਆ ਪਿਆਰ ਦੇਖਦਾ ਹਾਂ, ਮੈਂ ਜਦ ਵੀ ਆਪਣੀ ਜ਼ਿੰਦਗੀ ਦੀ ਰਫ਼ਤਾਰ ਦੇਖਦਾ ਹਾਂ, ਮੇਰੀ ਜ਼ਿੰਦਗੀ ਵਿੱਚ ਮਾਂ ਮੇਰੀ ਦਾ ਕਿਰਦਾਰ ਦੇਖਦਾ। ਪਹਿਲੀ ਵਾਰ ਕਦ ਬੋਲਿਆ ਸੀ, ਕਦ ਤੁਰਿਆ ਅਤੇ ਕਦ ਲਿਖਿਆ ਮੈਂ, ਟਾਈਮ ਤਰੀਕ ਅਤੇ ਅੱਜ ਵੀ ਯਾਦ ਆ ਸਾਲ ਉਹਨੂੰ। ਮੇਰਾ ਰੰਗ ਸੀ ਕਾਲਾ ਦੁੱਧ ਨਾਲ ਉਹ ਨਵਾਉਂਦੀ ਰਹੀ, ਕਿੰਨਾ ਰੱਖਣਾ ਪੈਂਦਾ ਸੀ ਮੇਰਾ ਖਿਆਲ ਉਹਨੂੰ। ਪੱਖੇ ਨਾ ਚੱਲ ਮਾਰਨੀ ਲੈਟ ਜੇ ਭੱਜਣੀ ਰਾਤਾਂ ਨੂੰ, ਅੱਜ ਵੀ ਯਾਦ ਮੈਂ ਕਰਦਾ ਸੁਣਾਈਆਂ ਉਹਦੀਆਂ ਬਾਤਾਂ ਨੂੰ। ਉਹ ਸਮਾਂ ਮੈਂ ਖਾਬਾਂ ਵਿੱਚ ਕਈ ਵਾਰ ਦੇਖਦਾ ਹਾਂ, ਮੈਂ ਜਦ ਵੀ ਆਪਣੀ ਜ਼ਿੰਦਗੀ ਦੀ ਰਫ਼ਤਾਰ ਦੇਖਦਾ ਹਾਂ। ਬਾਪੂ ਦੇ ਤੁਰ ਜਾਣ ਤੋਂ ਬਾਅਦ ਵੀ ਉਹਨੇ ਕਦੇ ਮੇਰੀ ਅੱਖ ਨਹੀਂ ਰੋਣ ਦਿੱਤੀ। ਬੇਸ਼ੱਕ ਗਰੀਬੀ ਦਾ ਦੌਰ ਸੀ ਉਦੋਂ, ਪਰ ਉਹਨੇ ਕੋਈ ਘਾਟ ਨਹੀਂ ਆਉਣ ਦਿੱਤੀ। ਆਪ ਹਮੇਸ਼ਾ ਸਰਫਾ ਕਰਨਾ ਉਹਨੇ, 2-2 ਸਾਲ ਸੂਟ ਵੀ ਨਹੀਂ ਲੈਂਦੀ ਸੀ, ਜਾਂ ਸ਼ਹਿਰੋਂ ਜਾ ਕੇ ਕੁਛ ਲਿਆ ਮੈਨੂੰ 1 ਮਹੀਨੇ ਕੁ ਬਾਅਦ ਹੀ ਕਹਿੰਦੀ ਸੀ। ਉਹਦੇ ਕੀਤੇ ਦਾ ਜਦ ਸਿਰ ਆਪਣੇ ਮੈਂ ਭਾਰ ਦੇਖਦਾ ਹਾਂ, ਮੈਂ ਜਦ ਵੀ ਆਪਣੀ ਜ਼ਿੰਦਗੀ ਦੀ ਰਫ਼ਤਾਰ ਦੇਖਦਾ ਹਾਂ, ਮੇਰੀ ਜ਼ਿੰਦਗੀ ਵਿੱਚ ਮਾਂ ਮੇਰੀ ਦਾ ਕਿਰਦਾਰ ਦੇਖਦਾ ਹਾਂ। ਇੱਕ ਰੋਸ ਮੈਨੂੰ ਹਮੇਸ਼ਾ ਰਹਿੰਦਾ ਸੀ ਮਾਤਾ ਨਾਲ, ਤੁਹਾਡਾ ਮੁੰਡਾ ਆਹ ਕਰਦਾ, ਜਦੋਂ ਆ ਕੇ ਕਿਸੇ ਨੇ ਕਹਿਣਾ। ਮੇਰਾ ਪੱਖ ਤਾਂ ਕਦੇ ਸੁਣਦੀ ਹੋ ਨਹੀਂ ਸੀ, ਬਸ ਡੰਡਾ ਚੱਕ ਕੇ ਮੈਨੂੰ ਫੈਂਟ ਦੇਣਾ, ਕਦੇ ਵੇਲਣਾ, ਕਦੇ ਭੂਕਣਾ, ਕਦੇ ਕੁਛ ਫੜ ਲੈਂਦੀ ਸੀ। ਫਿਰ ਗੁੱਸਾ ਠੰਡਾ ਹੋਏ ਤੇ ਉਹ ਵੀ ਅੱਖਾਂ ਜੀਆਂ ਭਰ ਲੈਂਦੀ ਸੀ। ਸਦਾ ਕੰਮ ਆਈ ਉਹਦੀ ਮੈਂ ਕੁੱਟਮਾਰ ਦੇਖਦਾ ਹਾਂ, ਮੈਂ ਜਦ ਵੀ ਆਪਣੀ ਜ਼ਿੰਦਗੀ ਦੀ ਰਫ਼ਤਾਰ ਦੇਖਦਾ ਹਾਂ, ਮੇਰੀ ਜ਼ਿੰਦਗੀ ਵਿੱਚ ਮਾਂ ਮੇਰੀ ਦਾ ਕਿਰਦਾਰ ਦੇਖਦਾ ਹਾਂ। ਪਰ ਇੱਕ ਅਫਸੋਸ ਜਿਹਾ, ਉਮਰ ਸਾਰੀ ਹੀ ਰਹੂ ਮੈਨੂੰ, ਦਿਲ ਉਹਦਾ ਮੈਂ ਕਿੰਨੀ ਵਾਰ ਦਿਖਾਇਆ ਸੀ। ਮੈਂ ਪੁੱਠੇ ਕੰਮ ਕਰਦਾ ਰਿਹਾ ਕਿੰਨੇ ਸਾਲ, ਕਰੀ ਕੋਸ਼ਿਸ਼ ਕਿੰਨੀ ਵਾਰੀ, ਸੁਧਰਨਾ ਚਾਹਿਆ ਸੀ। ਉਹਨੂੰ ਆਸ ਸੀ ਗੱਭਰੂ ਹੋ ਕੇ ਮੇਰਾ ਬਣੂ ਸਹਾਰਾ ਏ, ਪਰ ਕੀ ਪਤਾ ਸੀ ਨਿਕਲੂ ਇੰਨਾ ਮਾੜਾ ਏ। ਉਸ ਵੇਲੇ ਮੈਂ ਹੁੰਦੀ ਆਪਣੀ ਹਾਰ ਦੇਖਦਾ ਹਾਂ, ਮੈਂ ਜਦ ਵੀ ਆਪਣੀ ਜ਼ਿੰਦਗੀ ਦੀ ਰਫ਼ਤਾਰ ਦੇਖਦਾ ਹਾਂ, ਮੇਰੀ ਜ਼ਿੰਦਗੀ ਵਿੱਚ ਮਾਂ ਮੇਰੀ ਦਾ ਕਿਰਦਾਰ ਦੇਖਦਾ ਹਾਂ। ਮੈਂ ਆਪਣੇ ਆਪ ਨੂੰ ਬਦਲ ਲਿਆ, ਸੱਚ ਮੰਨੀ ਮਾਤਾ ਤੂੰ, ਹੁਣ ਤੈਨੂੰ ਵੀ ਪੁੱਤ ਆਪਣੇ ਉੱਤੇ ਮਾਣ ਹੋਊ। ਦੇ 2 ਸਾਲ ਅਧਾਰੇ ਮੈਨੂੰ ਹੋਰ 2-3, ਫਿਰ ਦੇਖੀ ਤੇਰੇ ਕਦਮਾਂ ਵਿੱਚ ਜਹਾਨ ਹੋਊ। ਤੇਰਾ ਦੀਪੂ ਤਾਂ ਹੀ ਕਿਸਮਤ ਦੇ ਨਾਲ ਲੜਦਾ ਏ, ਯਾਦ ਨਾ ਤੈਨੂੰ ਲੰਘਿਆ ਹੋਇਆ ਟਾਈਮ ਰਹੇ। ਜਦ ਤੱਕ ਚੰਗੇ ਦਿਨ ਨਹੀਂ ਮੋੜ ਲਿਆਉਂਦਾ ਮੈਂ ਵੀ ਕਾਇਮ ਰਹਾਂ ਤੇ ਤੂੰ ਵੀ ਕਾਇਮ ਰਹੇ। ਜਦ ਤੱਕ ਚੰਗੇ ਦਿਨ ਨਹੀਂ ਮੋੜ ਲਿਆਉਂਦਾ ਮੈਂ ਵੀ ਕਾਇਮ ਰਹਾਂ ਤੇ ਤੂੰ ਵੀ ਕਾਇਮ ਰਹੇ। ਮਿਹਰਬਾਨੀ ਬਾਈ ਸਾਰਿਆਂ।